13-0 ਦੇ ਦਾਅਵੇ ਕਰਨ ਵਾਲੇ ਇਹਨਾਂ ਦੇ ਅੱਜ ਡੰਡੀ ਟੁੱਟ ਗਈ। 3 ਦੇ ਅੱਗੇ 3 ਸੀਟਾਂ ਰਹਿ ਗਈਆਂ। ਫਤਵਾ ਤੇ ਇਹਨਾਂ ਨੂੰ ਹੋਰ ਅੱਗੇ ਮਿਲਣ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜਲਦ ਇਹ ਵੀ ਫਤਵਾ ਮਿਲੇਗਾ, ਏਕ ਥੀ ਆਮ ਆਦਮੀ ਪਾਰਟੀ। 1 ਮਹੀਨੇ ਦਾ 1,000 ਰੁਪਿਆ, ਮਤਲਬ ਸਾਲ ਦਾ 12,000, 23 ਸਾਲਾਂ ਦਾ ਤਕਰੀਬਨ 30,000 ਹੋ ਗਿਆ। ਮੈਂ ਵਾਅਦਾ ਕਰਦੀ ਹਾਂ, ਜੇ 30,000 ਰੁਪਏ ਸਾਰਿਆਂ ਦੇ ਖਾਤੇ 'ਚ ਪਾਉਂਦੇ ਆ, ਅਸੀਂ ਆਪਣੀ ਪਾਰਟੀ ਦੀ ਵੋਟ ਇਹਨਾਂ ਨੂੰ ਪਾਵਾਂਗੇ। ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਵੀ ਜਾਣ ਵਾਲੀ ਹੈ, ਸਰਕਾਰ ਵੀ ਟੁੱਟ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਜਿਹੜੇ ਨੇ ਉਹ ਆਪਣੀ ਕੁਰਸੀ ਬਚਾ ਲੈਣ, ਉਹੀ ਬੜੀ ਵੱਡੀ ਗੱਲ ਹੈ। ਕੁਰਸੀ ਤੇ ਕੌਣ ਕਾਬਜ਼ ਹੋ ਸਕਦਾ? ਦਾਅਵੇ ਕੀਤੇ ਸੀਗੇ ਕਿ ਉਸ ਟਾਈਮ ਵੀ ਕਿਸੇ ਹੋਰ ਪਾਰਟੀ ਦਾ ਕੂੜਾ ਕਚਰਾ ਨਹੀਂ ਲੈ ਕੇ ਆਵਾਂਗੇ, ਲੇਕਿਨ ਇਹਨਾਂ ਨੇ ਉਹ ਵੀ ਲਿਆਂਦਾ। ਤੁਸੀਂ ਤਾਂ ਕਿਹਾ ਸੀ ਆਮ ਘਰਾਂ ਦੇ ਲੋਕ ਅੱਗੇ ਆ ਕੇ ਕੰਮ ਕਰਨਗੇ, ਲੇਕਿਨ ਤੁਸੀਂ ਆਮ ਤੋਂ ਖਾਸ ਬਣ ਗਏ। 90,000 ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਚੜ੍ਹ ਗਿਆ ਸਿਰਫ 23 ਸਾਲਾਂ ਦੇ ਵਿੱਚ। ਹੁਣ ਰੀਸੈਂਟਲੀ ਫਿਰ ਇਹਨਾਂ ਨੇ 1,800 ਕਰੋੜ ਦਾ ਕਰਜ਼ਾ ਲੈ ਲਿਆ। ਜੇ ਇੰਨਾ ਹੀ ਖੁਸ਼ਹਾਲ ਹੈਗਾ, ਜੇ ਇੰਨਾ ਹੀ ਖਜ਼ਾਨੇ ਦੇ ਵਿੱਚ ਪੈਸਾ ਹੈਗਾ, ਤਾਂ ਫਿਰ ਕਰਜ਼ੇ ਕਿਉਂ ਲੈ ਰਹੇ ਨੇ? ਸ਼ੀਤਲ ਅੰਗਰਾਲ ਜੀ ਨੂੰ ਪੁੱਛਣਾ ਬਣਦਾ, ਤੁਸੀਂ ਉਦੋਂ ਕਿਉਂ ਚੁੱਪੀ ਸਾਹਦੇ ਬੈਠੇ, ਤੁਸੀਂ ਕਿਉਂ ਨਹੀਂ ਬੋਲੇ ਜਦੋਂ ਤੁਸੀਂ ਉਹਨਾਂ ਦੀ ਆਮ ਆਦਮੀ ਪਾਰਟੀ ਸੀਗੇ? ਇਹਦਾ ਮਤਲਬ ਤੁਸੀਂ ਖੁਦ ਵੀ ਹਿੱਸਾ ਸੀਗੇ ਉਸ ਚੀਜ਼ ਦਾ, ਜਿਹਦੇ ਕਰਕੇ ਤੁਸੀਂ ਬੋਲੇ ਨਹੀਂ, ਜਿਹਦੇ ਕਰਕੇ ਤੁਹਾਡੇ ਤੱਕ ਮਹੀਨੇ ਨਹੀਂ ਪਹੁੰਚੇ। ਇਹ ਕਿਉਂ ਕਹਿ ਰਹੇ ਨੇ ਕਿ ਸਾਡਾ MLA ਤੇ ਸਾਡਾ MP ਫੇਰ ਕੰਮ ਹੋਣਗੇ? ਜੇ ਤੁਸੀਂ ਅਦਰ MLA ਦੇ ਕੰਮ ਨਹੀਂ ਕਰਾਉਣਾ ਚਾਹੁੰਦੇ, ਇਸ ਦਾ ਮਤਲਬ ਨਾ ਤੁਸੀਂ ਸਕੇ ਹੋ ਸਾਡੇ ਬਾਬਾ ਸਾਹਿਬ ਅੰਬੇਦਕਰ ਦੇ, ਨਾ ਤੁਸੀਂ ਭਗਤ ਸਿੰਘ ਦੇ ਸਕੇ ਹੋ। ਸਤਿ ਸ਼੍ਰੀ ਅਕਾਲ, RME ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਹਾਂ ਜਸ ਕਰੇਵਾਲ, ਇਸ ਵੇਲੇ ਜਲੰਧਰ ਵੈਸਟ ਦੇ ਵਿੱਚ ਹਾਂ। ਅਤੇ ਜਲੰਧਰ ਵੈਸਟ ਦੇ ਵਿੱਚ ਮੁਕਾਬਲਾ ਸਖ਼ਤ ਆ। ਭਗਵੰਤ ਸਿੰਘ ਮਾਨ ਪਰਿਵਾਰ ਸਮੇਤ ਆ ਕੇ ਬੈਠੇ ਨੇ, ਪੂਰੀ ਸਰਕਾਰ ਦਾ ਜ਼ੋਰ ਇਹ ਲੱਗਿਆ ਕਿ ਜਲੰਧਰ ਵੈਸਟ ਸਾਡੇ ਹਿੱਸੇ ਦੇ ਵਿੱਚ ਆਵੇ। ਪਰ ਇੱਥੇ ਵੀ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਵੱਡੀ ਲੀਡ ਦੇ ਨਾਲ ਇੱਥੋਂ ਜਿੱਤ ਹਾਸਲ ਕਰ ਚੁੱਕੇ ਨੇ। ਦੂਸਰੇ ਪਾਸੇ ਭਾਜਪਾ ਆਪਣਾ ਦਬਦਬਾ ਕਾਇਮ ਕਰਨ ਫਿਰਦੀ ਹੈ। ਗੱਲਬਾਤ ਕਰਾਂਗੇ ਮੇਰੇ ਨਾਲ ਕਾਂਗਰਸ ਤੋਂ ਟੀਨਾ ਚੌਧਰੀ ਹੋਣਗੇ। ਸਭ ਤੋਂ ਪਹਿਲਾਂ ਸਵਾਗਤ ਕਰੀਏ, ਫਿਰ ਅਗਲੀ ਗੱਲਬਾਤ ਵਧਾਂਗੇ। ਟੀਨਾ ਜੀ ਸਵਾਗਤ ਆ RME ਟੈਲੀਵਿਜ਼ਨ ਦੇ। ਬਹੁਤ ਬਹੁਤ ਧੰਨਵਾਦ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਇੱਕ ਪਾਸੇ ਸਰਕਾਰ ਹੈ, ਦੂਸਰੇ ਪਾਸੇ ਭਗਵੰਤ ਸਿੰਘ ਮਾਨ ਦਾ ਪੂਰਾ ਪਰਿਵਾਰ ਵੀ ਆ ਕੇ ਬੈਠ ਗਿਆ। ਕਹਿੰਦੇ ਨੇ ਜਲੰਧਰ ਵੈਸਟ ਪਹਿਲਾਂ ਵੀ ਸਾਡਾ ਸੀ, ਐਤਕੀ ਵੀ ਸਾਡਾ ਹੀ ਰਹੂ। ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ 2022 ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਥੋੜ੍ਹਾ ਕੁਝ ਹੋਰ ਸੀਗਾ, ਕਿਉਂਕਿ ਉਸ ਟਾਈਮ ਕਾਂਗਰਸ ਪਾਰਟੀ ਦੀ ਸਰਕਾਰ ਜਦੋਂ ਸੀਗੀ, ਕੈਪਟਨ ਅਮਰਿੰਦਰ ਦੀ ਕਾਰਜਕਾਰੀ ਤੋਂ ਲੋਕ ਥੋੜ੍ਹੇ ਖਫਾ ਸੀਗੇ, ਅਤੇ ਲੋਕ ਚਾਹੁੰਦੇ ਸੀਗੇ ਕਿ ਇੱਕ ਵਾਰੀ ਬਦਲਾਵ ਲਿਆ ਕੇ ਦੇਖੀਏ, ਕਿਉਂਕਿ ਇਹਨਾਂ ਨੇ ਜੋ ਲੋਕਾਂ ਦੇ ਮਨਾਂ ਦੇ ਵਿੱਚ ਆਸਾਂ ਜਗਾਈਆਂ ਸੀਗੀਆਂ ਉਹ ਐਸੀਆਂ ਸੀਗੀਆਂ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਕੁਝ ਵੱਖਰਾ ਇਨਕਲਾਬੀ ਬਣ ਕੇ ਦੱਸਣਗੇ, ਪੰਜਾਬ ਦੇ ਮਾਹੌਲ ਵਧੀਆ ਕਰਨਗੇ। ਲੇਕਿਨ ਠੀਕ ਹੈ, ਉਦੋਂ ਜਿੱਤ ਹਾਸਲ ਹੋਈ ਇਹ ਸਿਰਫ ਔਰ ਸਿਰਫ ਲਹਿਰ ਕਰਕੇ ਹੋਈ, ਨਾ ਕਿ ਉਸ ਟਾਈਮ 'ਤੇ ਸ਼ੀਤਲ ਅੰਗਰਾਲ ਜੀ ਦੇ ਫੇਸ ਕਰਕੇ ਹੋਈ ਸੀਗੀ। ਉਹਨਾਂ ਦੀ ਆਪਣੀ ਛਵੀ ਅਸੀਂ ਸਾਰੇ ਬਖੂਬੀ ਢੰਗ ਨਾਲ ਜਾਣਦੇ ਹਾਂ ਕਿ ਜੋ ਉਹਨਾਂ 'ਤੇ ਕਾਰਵਾਈਆਂ ਚੱਲ ਰਹੀਆਂ ਸੀਗੀਆਂ, ਲੇਕਿਨ ਇਹਨਾਂ ਨੇ ਦਾਅਵੇ ਕੀਤੇ ਸੀਗੇ ਕਿ ਉਸ ਟਾਈਮ ਵੀ ਕਿ ਅਸੀਂ ਕਿਸੇ ਹੋਰ ਪਾਰਟੀ ਦਾ ਕੂੜਾ ਕਚਰਾ ਨਹੀਂ ਲੈ ਕੇ ਆਵਾਂਗੇ, ਲੇਕਿਨ ਇਹਨਾਂ ਨੇ ਉਹ ਵੀ ਲਿਆਂਦਾ। ਉੱਥੋਂ ਵੀ ਪ੍ਰਿੰਸੀਪਲ ਤੋਂ ਭਟਕੇ, ਹਰ ਵੇਲੇ ਪ੍ਰਿੰਸੀਪਲ ਤੋਂ ਭਟਕਦੇ ਹੋਏ ਨਜ਼ਰ ਆਏ, ਔਰ ਆਪਣੀ ਹੀ ਵਰਕਰ ਨੂੰ ਇਗਨੋਰ ਕਰਕੇ ਔਰ ਦੂਸਰੀ ਪਾਰਟੀਆਂ ਦੇ ਵਰਕਰ ਅੱਗੇ ਲਿਆ ਕੇ ਇਹਨਾਂ ਨੇ ਇੱਥੋਂ ਹੀ ਸਾਬਿਤ ਕਰ ਦਿੱਤਾ ਸੀਗਾ ਕਿ ਜਿਹੜੇ ਆਪਣੇ ਪ੍ਰਿੰਸੀਪਲ ਸਿਧਾਂਤਾਂ 'ਤੇ ਨਹੀਂ ਜੋ ਖੜ੍ਹੇ ਹੋ ਸਕਦੇ, ਆਉਣ ਵਾਲੇ ਸਮੇਂ 'ਤੇ ਕੀ ਹੋਣਗੇ। ਕੁਛ ਲੋਕ ਸਮਝ ਗਏ, ਕੁਛ ਲੋਕ ਨਹੀਂ ਸੀ ਸਮਝੇ, ਔਰ ਕੁਛ ਲੋਕ ਹੁਣ ਸਮਝੇ। ਉਸ ਵੇਲੇ ਤਾਂ ਮੰਨ ਲਿਆ ਤੁਹਾਡੀ ਪਾਰਟੀ ਜਿੱਤ ਕੇ ਅੱਗੇ ਆ ਗਈ, ਲੇਕਿਨ ਤੁਹਾਡੇ ਹੀ MLA ਨੇ ਤੁਹਾਡੇ 'ਤੇ ਹੁਣ ਇਲਜ਼ਾਮ ਲਾ ਦਿੱਤੇ। ਹੁਣ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਹੁਣ ਵੈਸਟ ਹਲਕਾ ਤੁਹਾਡਾ ਹੋ ਸਕਦਾ, ਕਿਉਂਕਿ ਤੁਸੀਂ ਜੋ 23 ਸਾਲਾਂ ਦੇ ਵਿੱਚ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਤਾਂ ਕੋਈ ਵਾਅਦਾ ਪੂਰਾ ਨਹੀਂ ਹੋਇਆ? ਨਾ ਇੱਥੇ ਮਹਿਲਾਵਾਂ ਦੇ ਖਾਤੇ 'ਚ ਪੈਸੇ ਆਏ, ਨਾ ਇੱਥੇ ਰੋਜ਼ਗਾਰ ਮਿਲਿਆ, ਨਾ ਇੱਥੇ ਨਸ਼ਾ ਖਤਮ ਹੋਇਆ, ਨਾ ਇੱਥੇ ਦੜਾ ਸੱਟਾ ਖਤਮ ਹੋਇਆ, ਨਾ ਲੋਟਰੀ ਸਿਸਟਮ ਖਤਮ ਹੋਇਆ, ਨਾ ਹੀ ਇੱਥੇ ਇੰਡਸਟਰੀਅਲ ਪਾਲਿਸੀਜ਼ ਆਈਆਂ, ਨਾ ਸਪੋਰਟਸ ਇੰਡਸਟਰੀ ਆਈ। ਕਿਹੜੇ ਮੂੰਹ ਨਾਲ ਵੋਟ ਮੰਗ ਰਹੇ ਨੇ ਇਹ ਤਾਂ ਮੈਂ ਹੈਰਾਨ ਹੋ ਰਹੀ ਹਾਂ। ਹੁਣ ਭਗਵੰਤ ਮਾਨ ਜੀ ਇੱਥੇ ਆਏ ਨੇ, ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਪਤਨੀ ਕਹਿ ਰਹੇ ਨੇ, ਧਰਮ ਪਤਨੀ, ਕਿ ਅਸੀਂ ਮਹਿਲਾਵਾਂ ਦੇ ਖਾਤੇ ਜਿਸ ਤਰ੍ਹਾਂ ਹੀ ਸਾਡਾ MLA ਜਿੱਤੇਗਾ ਅਸੀਂ 1100 ਰੁਪਇਆ ਪਾਵਾਂਗੇ।
ਕਿ ਮਤਲਬ 1000 ਤੋਂ 100 ਰੁਪਇਆ ਵਧਾਉਣ ਦੇ ਨਾਲ ਕਿਆ 100 ਰੁਪਏ ਦਾ ਲਾਲਚ ਦੇ ਕੇ ਸਾਡੀ ਮਹਿਲਾਵਾਂ ਨੂੰ ਖਰੀਦਣ ਦੀਆਂ ਗੱਲਾਂ ਕਰ ਰਹੇ ਨੇ? ਪਹਿਲਾਂ ਤਾਂ ਮੈਡਮ ਨੂੰ ਮੈਂ ਤੁਹਾਡੇ ਚੈਨਲ ਰਾਹੀਂ ਸਵਾਲ ਪੁੱਛਾਂਗੀ ਕਿ 2.5 ਸਾਲ ਹੋ ਗਿਆ ਤੁਹਾਡੀ ਸਰਕਾਰ ਬਣੇ, 1 ਮਹੀਨੇ ਦਾ 1000 ਰੁਪਇਆ ਮਤਲਬ ਸਾਲ ਦਾ 12,000 ਔਰ 2 ਸਾਲਾਂ ਦਾ 24,000, 2.5 ਸਾਲਾਂ ਦਾ ਤਕਰੀਬਨ 30,000 ਹੋ ਗਿਆ। ਪਹਿਲੇ ਮੈਡਮ ਉਹਨਾਂ ਸਾਰੀਆਂ ਮਹਿਲਾਵਾਂ ਦੇ 3.25 ਕਰੋੜ ਦੀ ਆਬਾਦੀ ਹੈ ਇੱਥੇ, ਜਿੰਨੀ ਆਬਾਦੀ 'ਚੋਂ 50% ਮਹਿਲਾਵਾਂ ਦੇ ਖਾਤੇ 'ਚ ਇਹ ਪਾਉਣ ਜ਼ਰਾ 30,000 ਰੁਪਇਆ। ਮੈਂ ਵਾਅਦਾ ਕਰਦੀ ਹਾਂ ਜੇ 30,000 ਰੁਪਇਆ ਸਾਰਿਆਂ ਦੇ ਖਾਤੇ 'ਚ ਪਾਉਂਦੇ ਆ, ਅਸੀਂ ਆਪਣੀ ਪਾਰਟੀ ਦੀ ਵੋਟ ਇਹਨਾਂ ਨੂੰ ਪਾਵਾਂਗੇ। ਦੱਸੋ ਇਹ ਵਾਅਦਾ ਪੂਰਾ ਕਰ ਦੇਣਗੇ ਕਿ ਨਹੀਂ ਕਰਨਗੇ? ਹੁਣ ਤਾਂ ਲੋਕ ਸਮਝ ਚੁੱਕੇ ਨੇ, ਹੁਣ ਇਹ ਭੁੱਲ ਜਾਣ ਕਿ ਜਲੰਧਰ ਵੈਸਟ ਇਹਨਾਂ ਦਾ ਹੋਊਗਾ, ਲੋਕ ਇਹਨਾਂ ਨੂੰ 3 ਨੰਬਰ 'ਤੇ ਲਿਆ ਕੇ ਸੁੱਟਣਗੇ। ਇਹ ਵੀ ਮੈਂ ਤੁਹਾਨੂੰ ਦੱਸ ਦੇਣ। ਪਰ ਉਹ ਕਹਿੰਦੇ ਨੇ ਕਿ ਉਹਨਾਂ ਦੇ MLA ਕਹਿੰਦੇ ਨੇ ਕੀ ਹੋਇਆ ਜੇ 1000 ਰੁਪਇਆ ਨਹੀਂ ਆਇਆ? ਕਹਿੰਦੇ ਬਿੱਲ ਮੁਆਫ ਜਿਹੜਾ ਕਰਾਤਾ ਲੋਕਾਂ ਦੇ 2-2 ਹਜ਼ਾਰ 5-5 ਹਜ਼ਾਰ ਰੁਪਏ ਮਾਫ਼ ਹੋ ਗਏ, ਉਹ ਕੰਮ ਅਸੀਂ ਕਰਵਾ ਦੇ। ਦੇਖੋ ਇਹ ਬਹੁਤ ਘੱਟ ਲੋਕਾਂ ਦੇ ਬਿੱਲ ਮਾਫ਼ ਹੋਏ ਨੇ, ਸਾਰਿਆਂ ਦੇ ਬਿੱਲ ਮਾਫ਼ ਨਹੀਂ ਹੋ ਰਹੇ, ਇਹ ਪਹਿਲੀ ਗੱਲ ਤਾਂ ਇਹ ਹੈ। ਘਰਾਂ ਦੇ ਵਿੱਚ 2-2 ਮੀਟਰ ਲਗਾਏ ਜਾ ਰਹੇ ਨੇ, ਔਰ ਸਭ ਤੋਂ ਵੱਡੀ ਗੱਲ ਅੱਜ ਜੋ ਬਿਜਲੀ ਫ੍ਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ, ਉਹਦਾ 20,000 ਕਰੋੜ ਦਾ ਜਿਹੜਾ ਕਰਜ਼ਾ ਚੁੱਕਿਆ ਸੀਗਾ, ਜਿਹੜਾ PSPCL ਦਾ ਹਜੇ ਤੱਕ ਡਿਊ ਪਿਆ, ਉਹਦੇ ਵਿੱਚ ਵੀ 14-15 ਹਜ਼ਾਰ ਕਰੋੜ ਦਾ ਬੈਲੈਂਸ ਅਮਾਊਂਟ ਹਜੇ ਪੇ ਕਰਨਾ। ਉਹ ਕਿਸ ਤਰ੍ਹਾਂ ਪੇ ਕਰੇਗੀ? ਸਾਡੇ ਲੋਕਾਂ 'ਤੇ ਬੋਝ ਪਾਇਆ ਜਾ ਰਿਹਾ, ਰੈਵਨਿਊ ਜਨਰੇਟ ਨਹੀਂ ਹੋ ਰਿਹਾ, ਕਰਜ਼ੇ ਲੈ ਕੇ ਸਰਕਾਰਾਂ ਬਣ ਰਹੀਆਂ ਨੇ, ਅਤੇ ਫ੍ਰੀ ਤਾਂ ਇਹਨਾਂ ਨੂੰ 1 ਰੁਪਏ ਦੀ ਚੀਜ਼ ਨਹੀਂ ਦੇ ਸਕਦੇ, ਇਹ ਤਾਂ ਸਾਡੀਆਂ ਜੇਬਾਂ ਕੱਟ ਕੇ ਦੂਸਰੇ ਪਾਸੇ ਪੈਟਰੋਲ ਦਾ ਐਕਸੈਸ ਵਧਾ ਦਿੱਤਾ 10%, ਦੂਸਰੇ ਪਾਸੇ ਸਾਡੀ ਬਿਜਲੀ ਦੇ ਰੇਟ ਵਧਾ ਦਿੱਤੇ। ਉਸ ਟਾਈਮ 'ਤੇ ਜਦੋਂ ਰਿੰਕੂ ਜੀ ਜਿੱਤੇ ਸੀ ਉਦੋਂ ਵੀ ਸਾਨੂੰ ਤੋਹਫਾ ਮਿਲਿਆ ਸੀਗਾ ਕਿ ਸਾਨੂੰ ਬਿਜਲੀ ਦੇ ਰੇਟ ਮਹਿੰਗੇ ਹੋ ਗਏ, ਹੁਣ ਫੇਰ ਕਰ ਦਿੱਤੇ ਇਹਨਾਂ ਨੇ। ਜਿਸ ਤਰ੍ਹਾਂ ਲੋਕ ਸਭਾ ਚੁਣਾਵ ਹੋਏ ਨੇ, ਇਹਨਾਂ ਨੇ ਫੇਰ ਸਾਨੂੰ ਲੋਕਾਂ ਨੂੰ ਤੋਹਫਾ ਦਿੱਤਾ ਰੇਟ ਵਧਾ ਕੇ, 1 ਪਾਸੇ ਵਧਾਉਣਗੇ ਔਰ 1 ਪਾਸੇ ਘਟਾਉਣਗੇ। ਇਹ ਕੋਈ ਬਹੁਤ ਵੱਡੀ ਡਿਵਲਪਮੈਂਟ ਜਾਂ ਕੋਈ ਬਹੁਤ ਵੱਡਾ ਅਨੋਖਾ ਅਜੂਬਾ ਨਹੀਂ ਪੈਦਾ ਕਰ ਦਿੱਤਾ ਇਹਨਾਂ ਨੇ ਕਿ ਅਸੀਂ ਫ੍ਰੀ ਬਿਜਲੀ ਦੇਣਾ ਸ਼ੁਰੂ ਹੋ ਗਏ। ਫ੍ਰੀ ਬਿਜਲੀ ਦੇਣ ਵਾਸਤੇ ਵੀ ਸਰਕਾਰ ਰੈਵਨਿਊ ਤਾਂ ਜਨਰੇਟ ਕਰੇ। ਮੈਂ ਸਮਝ ਲਓ ਤੁਸੀਂ ਸਰਕਾਰ ਹੋ ਜਾਂ ਮੈਂ ਸਰਕਾਰ ਹਾਂ, ਤੁਸੀਂ ਮੁੱਖ ਮੰਤਰੀ ਬਣ ਗਏ, ਤੁਹਾਡਾ ਫਰਜ਼ ਬਣਦਾ ਕਿ ਰੈਵਨਿਊ ਜਨਰੇਟ ਕਰਕੇ ਲੋਕਾਂ ਤੱਕ ਫ੍ਰੀ ਫੈਸਿਲਿਟੀਆਂ ਪਹੁੰਚਾਈਆਂ ਜਾਣ। ਕੀ ਫਾਇਦਾ ਇਹਦਾ ਕਿ ਤੁਸੀਂ ਕਰਜ਼ੇ ਚੱਕ ਚੱਕ ਕੇ ਫੈਸਿਲਿਟੀਆਂ ਦੇਈ ਜਾਓਗੇ ਤਾਂ ਫਿਰ ਉਹ ਸਰਕਾਰ ਕਾਹਦੀ ਹੋਈ? ਸਰਕਾਰ ਚੱਲਦੀ ਹੈ ਪੋਲਿਸੀਜ਼ ਦੇ ਉੱਤੇ, ਸਰਕਾਰ ਚੱਲਦੀ ਹੈ ਸਾਡੇ ਪੰਜਾਬ ਦੀਆਂ ਰੂਲਸ ਐਂਡ ਰੈਗੂਲੇਸ਼ਨ ਔਰ ਐਕਟ ਦੇ ਉੱਤੇ। ਜੇ ਉਹੀ ਫੋਲੋ ਨਹੀਂ ਕਰ ਪਾ ਰਹੇ ਤਾਂ ਸਰਕਾਰ ਇਹਨਾਂ ਵਰਗੇ ਨੂੰ ਕੋਈ ਕਿਸੇ ਹੋਰ ਨੂੰ ਵੀ ਬਿਠਾ ਦਿਓ, ਕੋਈ ਵੀ ਕਰਜ਼ੇ ਲੈ ਕੇ ਫ੍ਰੀ ਬਿਜਲੀਆਂ ਦੇਈ ਜਾਏਗਾ, ਇਹਦੇ 'ਚ ਕੋਈ ਨਵੀਂ ਗੱਲ ਨਹੀਂ ਹੈਗੀ। ਕਹਿੰਦੇ ਵਿਰੋਧੀ ਤਾਂ ਗੱਲਾਂ ਕਰਦੇ ਆ, ਕਰਜ਼ਿਆਂ ਦੀ ਗੱਲ ਹੋ ਗਈ, ਫ੍ਰੀ ਬਿਜਲੀ ਦੇ ਹੋਰ ਵੱਡੇ ਵੱਡੇ ਸਵਾਲ ਤਾਂ ਕਰਦੇ ਆ। ਕਹਿੰਦੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣਿਆ, ਆਮ ਘਰਾਂ ਦੇ ਪੁੱਤ MLA ਬਣੇ, ਇਹਨਾਂ ਤੋਂ ਜਰੇ ਨਹੀਂ ਜਾਂਦੇ? ਜੇ ਆਮ ਘਰ ਦੇ ਬਣੇ ਨੇ ਤਾਂ ਫਿਰ ਆਮ ਘਰ ਦੇ ਲੋਕਾਂ ਨੂੰ ਮੌਕਾ ਵੀ ਤਾਂ ਦਿਓ, ਅੱਗੇ ਆ ਕੇ ਉਹਨਾਂ ਦਾ ਸੇਵਾ ਕਰਨ ਲਈ ਕੰਮ ਤਾਂ ਕਰਨ ਦਿਓ। ਤੁਸੀਂ ਕਹਿੰਦੇ ਹੋ ਆਪ ਦੀ ਸਰਕਾਰ ਲੋਕਾਂ ਦੇ ਦੁਆਰ, ਜਦੋਂ ਤੁਹਾਡੇ ਕੋਲ ਲੋਕ ਜਾਂਦੇ ਨੇ ਤਾਂ ਤੁਸੀਂ ਤਾਂ ਉਹਨਾਂ 'ਤੇ ਲਾਠੀਚਾਰਜ ਕਰਦੇ ਹੋ। ਹੁਣ ਤਾਂ ਪੱਤਰਕਾਰੀ ਨੂੰ ਵੀ ਨਹੀਂ ਬਖਸ਼ ਰਹੇ। ਹੁਣੇ ਰੀਸੈਂਟਲੀ ਸਾਨੂੰ ਪਤਾ ਚੱਲਿਆ ਸੀਗਾ ਕਿ ਇੱਕ ਪੰਜਾਬ ਰੇਡੀਓ ਕਰਕੇ ਕੋਈ ਅਮੈਰੀਕਾ ਦਾ ਰੇਡੀਓ ਚੈਨਲ ਸੀਗਾ, ਜਿੱਥੇ ਸਾਡੇ ਪੱਤਰਕਾਰ ਦੇ ਉੱਤੇ ਇੰਨੀ ਤੱਕੇਸ਼ਾਹੀ ਕੀਤੀ, ਪਰਚੇ ਦਰਜ ਕਰਾਉਣ ਦੀਆਂ ਗੱਲਾਂ ਕੀਤੀਆਂ, ਔਰ 1/2 ਘੰਟੇ ਉਹਨੂੰ ਜਿਹੜਾ ਹੈਗਾ ਗੱਡੀ ਦੇ ਵਿੱਚ ਜਿਹੜਾ ਉਹਨੂੰ ਅਰੈਸਟ ਕਰਕੇ ਰੱਖਿਆ ਗਿਆ, ਔਰ ਧਮਕੀਆਂ ਦਿੱਤੀਆਂ ਗਈਆਂ ਸਾਡੇ ਪੰਜਾਬ ਦੇ ਪੱਤਰਕਾਰ ਨੂੰ ਕਿ ਤੁਸੀਂ ਅਗਰ ਇਹ ਵੀਡੀਓ ਚਲਾਉਂਦੇ ਹੋ ਤਾਂ ਅਸੀਂ ਤੁਹਾਡੇ 'ਤੇ ਕਾਰਵਾਈਆਂ ਕਰਾਂਗੇ, ਤੁਹਾਡੇ ਪਰਿਵਾਰ ਨੂੰ ਹਰਾਸ ਕਰਾਂਗੇ। ਕਿਆ ਇਹ ਸਰਕਾਰ ਇਸ ਤਰ੍ਹਾਂ ਦੇ ਵਾਅਦੇ ਕਰਦੀ ਸੀਗੀ ਜੋ ਇਹ ਬਦਲਾਵ ਲਿਆਉਂਦੀਆਂ ਗੱਲਾਂ ਕਰਦੇ ਸੀਗੇ? ਤੁਸੀਂ ਸਾਫ਼ ਦੱਸੋ ਕਿ ਇਹ ਚੱਲ ਕੀ ਰਿਹਾ ਪੰਜਾਬ ਦੇ ਵਿੱਚ? ਜੋ ਵਾਅਦੇ ਕੀਤੇ ਉਹਨਾਂ 'ਚੋਂ ਕੋਈ ਆਮ, ਮੈਨੂੰ ਤਾਂ ਨਹੀਂ ਲੱਗਦਾ ਕਿ ਇਹਨਾਂ ਦੇ ਆਮ ਘਰਾਂ ਵਾਲੀਆਂ ਗੱਲਾਂ ਹੋ ਰਹੀਆਂ। ਸਿਕਿਉਰਿਟੀ ਦੇਖੋ, ਇਹਨਾਂ ਦੀ ਵਾਈਫ ਪਿੱਛੇ ਸਿਕਿਉਰਿਟੀ ਦੇਖੋ, ਸਿਸਟਰ ਪਿੱਛੇ ਸਿਕਿਉਰਿਟੀ ਦੇਖੋ, ਮਦਰ ਪਿੱਛੇ ਸਿਕਿਉਰਿਟੀ ਦੇਖੋ। ਇਹਨਾਂ ਦੇ ਲੋਕ ਜਿਹੜੇ ਇਹਨਾਂ ਨੂੰ ਪਾਰਟੀ ਜੁਆਇਨ ਕਰ ਰਹੇ, ਇਹ ਲਾਲਚ ਕੀ ਦੇ ਰਹੇ ਨੇ? ਤੁਹਾਨੂੰ ਇੰਨੇ ਗਨਮੈਨ ਦੇਵਾਂਗੇ,
ਤੁਹਾਨੂੰ ਗੱਡੀਆਂ ਦੇਵਾਂਗੇ, ਤੁਹਾਨੂੰ ਕੋਠੀਆਂ ਦੇਵਾਂਗੇ, ਕਿਆ ਇਹ ਆਮ ਘਰਾਂ ਦੇ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ? ਤੁਸੀਂ ਤਾਂ ਕਿਹਾ ਸੀ ਆਮ ਘਰਾਂ ਦੇ ਲੋਕ ਅੱਗੇ ਆ ਕੇ ਕੰਮ ਕਰਨਗੇ, ਲੇਕਿਨ ਤੁਸੀਂ ਆਮ ਤੋਂ ਖਾਸ ਬਣ ਗਏ, ਇਸੇ ਕਰਕੇ ਕਿਉਂਕਿ ਤੁਹਾਡੇ ਕੋਲ ਸਰਕਾਰ ਤਾਂ ਚੱਲ ਨਹੀਂ ਰਹੀ, ਆਪਣੇ ਸ਼ੌਂਕ ਪੂਰੇ ਕਰਨ ਲਈ ਅੱਜ ਸਰਕਾਰ ਦੇ ਵਿੱਚ ਖਾਸ ਬਣੇ ਬੈਠੇ ਨੇ। ਉਹ ਕਹਿੰਦੇ ਨੇ 2.5 ਸਾਲਾਂ 'ਚ ਖੁਸ਼ਹਾਲ ਪੰਜਾਬ ਬਣਾਤਾ, ਪੰਜਾਬ ਭ੍ਰਿਸ਼ਟਾਚਾਰ ਮੁਕਤ ਵੀ ਕਰਤਾ, ਪੰਜਾਬ ਦੇ ਵਿੱਚ ਹਜ਼ਾਰਾਂ ਨੌਕਰੀਆਂ ਸੀ ਉਹ ਪੈਦਾ ਕਰਤੀਆਂ, ਫਿਰ ਉਹ ਕਿਹੜਾ ਤੁਸੀਂ ਕਿਹਾ ਸਰਕਾਰ ਨਹੀਂ ਚੱਲ ਰਹੀ? ਉਹ ਕਹਿੰਦੇ ਸੀ ਖੁਸ਼ਹਾਲ ਪੰਜਾਬ ਬਣਾਤਾ। ਖੁਸ਼ਹਾਲ ਪੰਜਾਬ, ਅੱਜ ਦੱਸੋ ਮੈਨੂੰ ਕਿਹੜੇ ਪਾਸੋਂ ਖੁਸ਼ਹਾਲ ਪੰਜਾਬ ਹੈ? ਅੱਜ ਪੰਜਾਬ ਦੇ ਵਿੱਚ 90,000 ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਚੜ੍ਹ ਗਿਆ ਸਿਰਫ 2.5 ਸਾਲਾਂ ਦੇ ਵਿੱਚ। ਹੁਣ ਰੀਸੈਂਟਲੀ ਫਿਰ ਇਹਨਾਂ ਨੇ 1800 ਕਰੋੜ ਦਾ ਕਰਜ਼ਾ ਲੈ ਲਿਆ। ਜੇ ਇੰਨਾ ਹੀ ਖੁਸ਼ਹਾਲ ਹੈਗਾ, ਜੇ ਇੰਨਾ ਹੀ ਖਜ਼ਾਨੇ ਦੇ ਵਿੱਚ ਪੈਸਾ ਹੈਗਾ, ਤਾਂ ਫਿਰ ਕਰਜ਼ੇ ਕਿਉਂ ਲੈ ਰਹੇ ਨੇ ਲੋਕ? ਤਰਾਸ ਤਰਾਸ, ਅੱਜ ਲੋਕਾਂ ਦੇ ਘਰਾਂ ਦੇ ਵਿੱਚ ਰੋਜ਼ਗਾਰ ਨਹੀਂ ਪੈਦਾ, 3 ਟਾਈਮ ਖਾਣ ਦੀ ਰੋਟੀ ਲਈ ਵਾਂਦੇ ਪਏ ਹੋਏ ਨੇ, ਕਹਿੰਦੇ ਰਹਿਣ ਸਹਿਣ ਖਾਣ ਪੀਣ ਦੇ ਮੌਕੇ ਔਖੇ ਹੋਏ ਪਏ ਨੇ, ਨਸ਼ਾ ਇੰਨਾ ਸ਼ਰੇਆਮ ਵਿਕ ਰਿਹਾ ਸੜਕਾਂ ਦੇ ਵਿੱਚ, ਪਿੰਡਾਂ ਦੇ ਵਿੱਚ ਇੱਥੇ ਬੈਨਰ ਲੱਗੇ ਹੁੰਦੇ ਨੇ, ਜੇ ਤੁਸੀਂ ਚਿੱਟਾ ਲੈਣਾ ਇਸ ਨੰਬਰ 'ਤੇ ਆ ਕੇ ਫੋਨ ਕਰੋ, ਜੇ ਤੁਸੀਂ ਨਸ਼ਾ ਲੈਣਾ ਇੱਥੇ ਆ ਕੇ ਸਾਨੂੰ ਮਿਲੋ, ਜੇ ਕੋਈ ਅੱਗੇ ਜਾ ਕੇ ਰੋਕਦਾ ਤਾਂ ਉਹਨਾਂ 'ਤੇ ਇਹਨਾਂ ਦੇ ਗੁੰਡੇ ਮਾਫੀਆ ਵਾਲੇ ਅੱਗੇ ਉਹਨਾਂ 'ਤੇ ਹਥਿਆਰ ਚਲਾ ਕੇ ਉਹਨਾਂ ਨੂੰ ਘਰ ਬਿਠਾਉਂਦੇ ਨੇ, ਪ੍ਰਸ਼ਾਸਨ ਉਹਦੇ ਵਿੱਚ ਕੋਈ ਮਦਦ ਨਹੀਂ ਕਰ ਰਹੀ। ਕਿਹੜਾ ਵਰਗ ਐਸਾ ਕਿ ਜਿਹੜੇ ਇਹਨਾਂ ਦੇ ਖਿਲਾਫ ਧਰਨੇ ਲਾਉਣ ਵਾਸਤੇ ਮਜਬੂਰ ਨਹੀਂ ਹੋ ਰਹੇ? ਕਿਸਾਨ ਇਹਨਾਂ ਦੇ ਕੇਸ ਧਰਨੇ ਲਾ ਰਿਹਾ, 5 ਮਿੰਟਾਂ ਦੇ ਵਿੱਚ MSP ਦੀਆਂ ਗੱਲਾਂ ਕੀਤੀਆਂ, ਉਹ ਖੁਸ਼ਹਾਲ ਨਹੀਂ ਬਣਾਇਆ। ਦੂਸਰੇ ਪਾਸੇ ਇਹਨਾਂ ਨੇ ਕਿਹਾ ਸੀਗਾ ਕਿ ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਪ੍ਰੋਫੈਸਰਸ ਇਹਨਾਂ ਦੇ ਘਰਾਂ ਦੇ ਬਾਹਰ ਧਰਨੇ ਲਾਉਂਦੇ ਨੇ ਤਾਂ ਉਹਨਾਂ ਦੇ ਲਾਠੀਚਾਰਜ ਕਰਦੇ ਨੇ, ਈਵਨ ਕਿ ਉੱਥੋਂ ਦੀ ਇੱਕ ਹੈਂਡੀਕੈਪਡ ਜਿਹੜੀ ਲੇਡੀ ਹੈ, ਇੱਕ ਉਹਨਾਂ ਦੀ ਪ੍ਰਧਾਨ ਹੈਗੀ ਹੈ ਜਿਹੜੇ ਲਾਇਬ੍ਰੇਰੀਅਨ 1158 ਦੇ ਲਾਇਬ੍ਰੇਰੀਅਨ ਪ੍ਰੋਫੈਸਰਸ ਦੇ, ਉਹਨਾਂ ਦੀ ਬੇਟੀ ਤੱਕ ਨੂੰ ਅਰੈਸਟ ਕਰਕੇ ਉਹ ਥਾਣੇ ਲੈ ਗਏ। ਇਹ ਕਿੱਥੋਂ ਦਾ ਖੁਸ਼ਹਾਲ ਪੰਜਾਬ ਹੋ ਗਿਆ? ਅਸੀਂ ਨਹੀਂ ਕਦੀ ਪਿਛਲੇ 75 ਸਾਲਾਂ ਦੇ ਵਿੱਚ ਛੋਟੀਆਂ ਬੱਚੀਆਂ ਨੂੰ ਮਾਵਾਂ ਦੇ ਨਾਲ ਥਾਣੇ ਦੇ ਵਿੱਚ ਹਰਾਸ ਹੁੰਦੇ ਦੇਖਿਆ? ਸੋ ਇੱਦਾਂ ਦੇ ਹਾਲਾਤ, ਜੇ ਖੁਸ਼ਹਾਲ ਪੰਜਾਬ ਹੈ, ਅਸੀਂ ਹੱਥ ਜੋੜ ਕੇ ਕਹਿੰਦੇ ਹਾਂ ਇਹਨਾਂ ਨੂੰ ਕਿ ਇਹਨਾਂ ਤੋਂ ਮੁਕਤੀ ਪਾਉਣ ਲਈ ਸਾਡਾ ਸਾਥ ਦਿਓ। ਲੋਕੀ ਚਾਹੁੰਦੇ ਨੇ ਕਿ ਹੁਣ ਇਹਨਾਂ ਨੂੰ ਪਿੱਛੇ ਕਰਨਾ, ਜੇ ਖੁਸ਼ਹਾਲ ਹੁੰਦਾ ਤਾਂ 7 ਸੀਟਾਂ ਨਾਲ ਜਿੱਤਦੇ, 13-0 ਦੇ ਦਾਅਵੇ ਕਰਨ ਵਾਲੇ ਇਹਨਾਂ ਦੇ, ਅੱਜ ਡੰਡੀ ਟੁੱਟ ਗਈ 3 ਦੇ ਅੱਗਿਓਂ, 3 ਸੀਟਾਂ ਰਹਿ ਗਈਆਂ, ਅਤੇ ਤੁਸੀਂ ਦੇਖ ਸਕਦੇ ਖੁਸ਼ਹਾਲ ਕਿੱਦਾਂ ਬਣਦਾ ਜੇ ਖੁਸ਼ਹਾਲ ਹੁੰਦਾ ਤਾਂ 13 ਦੀਆਂ 13 ਸੀਟਾਂ ਇਹਨਾਂ ਦੀਆਂ ਆਉਂਦੀਆਂ। ਉਹ ਕਹਿੰਦੇ ਲੋਕਾਂ ਦਾ ਫਤਵਾ ਸੀ ਸਿਰ ਮੱਥੇ ਆ, ਲੋਕਾਂ ਦਾ ਫਤਵਾ ਹੁਣ ਸਿਰ ਮੱਥੇ ਤਾਂ ਲੈਣਾ ਹੀ ਪਏਗਾ, ਹੋਰ ਕਿਹਦੇ ਸਿਰ 'ਤੇ ਸੁੱਟਣਗੇ? ਜੇ 13 ਦੀ ਜਗ੍ਹਾ 3 ਆ ਗਈਆਂ, ਉਹਦੇ ਵਿੱਚੋਂ ਇੱਕ ਤਾਂ ਕਿਰਾਏ ਦੀ ਹੈ ਇਹਨਾਂ ਦੀ, ਚੱਬੇਵਾਲ ਸਾਹਿਬ ਦੀ, ਉਹ ਤਾਂ ਕਾਂਗਰਸ ਤੋਂ ਪੱਟ ਕੇ ਲੈ ਕੇ ਗਏ ਨੇ, ਪਤਾ ਨਹੀਂ ਕਿਹੜੀਆਂ ਮੁਸ਼ਕਲਾਂ ਕਾਰਨ ਜਾਂ ਕਿਹੜੇ ਮਜਬੂਰੀਆਂ ਕਰਕੇ ਉਹਨਾਂ ਨੂੰ ਪੱਟ ਕੇ ਲੈ ਗਏ, ਲੇਕਿਨ ਉਹ ਵੀ ਕਾਂਗਰਸ ਦੀ ਸੀਟ ਸੀਗੀ। ਅੱਜ ਕਾਂਗਰਸ ਨੇ ਸਭ ਕੁਝ ਉਹਨਾਂ ਨੂੰ ਬਣਾਇਆ ਸੀ, ਸਿਰਫ 2 ਸੀਟਾਂ ਆਈਆਂ ਉਹਨਾਂ ਦੀਆਂ, 3 ਦੀ ਵੀ ਨਾ ਗੱਲ ਕਰਨ, ਇਹ 2 ਦੀਆਂ ਗੱਲ ਕਰਨ। ਫਤਵਾ ਤਾਂ ਇਹਨਾਂ ਨੂੰ ਹੋਰ ਅੱਗੇ ਮਿਲਣ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜਲਦ ਇਹ ਵੀ ਫਤਵਾ ਮਿਲੇਗਾ, ਏਕ ਥੀ ਆਮ ਆਦਮੀ ਪਾਰਟੀ। ਤੁਹਾਨੂੰ ਲੱਗਦਾ ਕਿ ਏਕ ਥੀ ਆਮ ਆਦਮੀ ਪਾਰਟੀ ਹੋਈ, ਜਿਹੜੇ ਕਹਿੰਦੇ ਆ ਕਿ ਅਸੀਂ ਇੰਨੇ ਸਮੇਂ 'ਚ ਨੈਸ਼ਨਲ ਪਾਰਟੀ ਬਣ ਗਏ, ਅਸੀਂ ਬਹੁਤ ਕੁਝ ਜਿਹੜਾ ਕਰ ਰਹੇ ਹਾਂ, ਤੁਸੀਂ ਕਹਿੰਦੇ ਕੋਈ ਏਕ ਥੀ ਬਣ ਜੂ? ਬਿਲਕੁਲ ਬਣੇਗੀ। ਦੱਸੋ ਇਹਨਾਂ ਦੇ ਜਿੰਨੇ ਕਨਵੀਨਰ ਆ, ਅੱਜ ਮੇਨ ਮੰਤਰੀ ਜਿਹੜੇ ਜਿੱਥੇ ਅੰਨਾ ਹਜ਼ਾਰੇ ਦੇ ਨਾਲ ਧਰਨੇ ਲਾ ਕੇ ਅੱਜ ਉਹਨਾਂ ਤੋਂ ਉੱਠੀ ਪਾਰਟੀ, ਜਿਹੜਾ ਉਹਨਾਂ ਨੂੰ ਧੋਖਾ ਦੇ ਕੇ ਅੱਗੇ ਆਏ, ਅੱਜ ਸਾਰੇ ਦੇ ਸਾਰੇ ਜੇਲ੍ਹ 'ਚ ਬੈਠੇ ਨੇ, ਅਤੇ ਇਹ ਹੌਲੀ ਹੌਲੀ ਦੇਖਿਓ ਇਹ ਪਾਰਟੀ ਖਤਮ ਹੋਏਗੀ। ਤਾਂ ਅਸੀਂ ਵੀ ਪੰਜਾਬ ਦੇ ਵਿੱਚ ਜਦੋਂ ਸਾਡੇ 'ਤੇ ਬਲੇਮ ਲਾਏ ਜਾਂਦੇ ਸੀਗੇ ਕਿ ਇਹ ਤਾਂ ਇੰਡੀਆ ਗਠਬੰਧਨ ਦੇ ਵਿੱਚ ਇਕੱਠੇ ਹੀ ਨੇ, ਪਰ ਪੰਜਾਬ ਦੇ ਵਿੱਚ ਅਸੀਂ ਇਹਨਾਂ ਨਾਲ ਇਕੱਠ ਨਹੀਂ ਕੀਤਾ, ਅਸੀਂ ਉੱਥੇ ਹੀ ਖੜ੍ਹੇ ਰਹੇ ਕਿ ਐਜ਼ ਅ ਓਪੋਜੀਸ਼ਨ 'ਚ ਪੰਜਾਬ ਦੇ ਹੱਕਾਂ ਦੀ ਗੱਲ ਰੱਖਣੀ ਹੈ। ਲੇਕਿਨ ਅੱਜ ਸਾਨੂੰ ਨਜ਼ਰ ਆ ਹੀ ਰਿਹਾ ਕਿ ਜਿਨ੍ਹਾਂ ਦੇ ਸੀਨੀਅਰ ਲੀਡਰ ਹੀ ਅੱਜ ਜੇਲ੍ਹਾਂ ਦੇ ਸਲਾਖਾਂ ਦੇ ਪਿੱਛੇ ਬੈਠੇ ਨੇ, ਬਹੁਤ ਜਲਦੀ ਇਹਨਾਂ ਦਾ ਵੀ ਖਾਤਮਾ ਹੋ ਜਾਏਗਾ। ਔਰ ਇਹ ਜਦੋਂ ਜਲੰਧਰ 22 ਇਲੈਕਸ਼ਨ ਜਦੋਂ ਹਾਰਨਗੇ, ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਵੀ ਜਾਣ ਵਾਲੀ ਹੈ, ਹੌਲੀ ਹੌਲੀ ਇਹਨਾਂ ਦਾ ਵਰਕਰ ਟੁੱਟੇਗਾ, MLA ਟੁੱਟਣਗੇ, ਹੋ ਸਕਦਾ ਇੱਧਰ ਉੱਧਰ ਚਲੇ ਜਾਣਗੇ, ਸਰਕਾਰ ਵੀ ਟੁੱਟ ਸਕਦੀ ਹੈ, ਫਿਰ ਅੱਗੇ ਇੱਕ ਨਵੀਂ ਕਹਾਣੀ ਆਏਗੀ ਏਕ ਥੀ ਆਮ ਆਦਮੀ ਪਾਰਟੀ ਦੀ। ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ ਇਫੈਕਟ ਕਰੂ ਸਰਕਾਰ ਆ? ਕਿਉਂਕਿ ਭਗਵੰਤ ਸਿੰਘ ਮਾਨ ਵੀ ਆਮ ਲੋਕਾਂ ਦੇ ਵਿੱਚ ਕਹਿੰਦੇ ਇਹ ਨਜ਼ਰ ਆਉਂਦੇ ਨੇ ਕਿ ਭਾਈ ਸਰਕਾਰ ਆ, ਕੰਮ ਜਿਹੜੇ ਹੈਗੇ ਸਰਕਾਰ ਨਹੀਂ ਕਰਵਾਉਣੇ ਹੁੰਦੇ ਆ, ਹੁਣ ਸਰਕਾਰ ਖੁਦ ਵੀ ਸਾਰੀ ਆ ਕੇ ਇੱਥੇ ਬੈਠੀ ਆ, ਜਿਵੇਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਸੋਰੀ ਉਹਨਾਂ ਦੇ ਭੈਣ ਜੀ, ਉਹਨਾਂ ਦੇ ਘਰ ਵਾਲੀ ਸਾਰੇ ਆ ਕੇ ਇੱਥੇ ਬੈਠੇ ਨੇ, ਡੋਰ ਟੂ ਡੋਰ ਕੰਪੇਨ ਜਿਹੜੇ ਉਹ ਕਰ ਰਹੇ ਨੇ, ਇਹ ਵੀ ਕਹਿੰਦੇ ਨੇ ਕਿ ਹੁਣ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਿਆ ਕਰਨੀ, ਜਲੰਧਰ ਦੇ ਵਿੱਚ ਹੀ ਆ, ਜੇ ਅਸੀਂ ਚੋਣਾਂ ਜਿੱਤ ਗਏ ਹਾਰ ਗਏ ਅਸੀਂ ਉਸ ਤੋਂ ਬਾਅਦ ਵੀ ਚੰਡੀਗੜ੍ਹ ਨਹੀਂ ਜਾਣਾ, ਅਸੀਂ ਤਾਂ ਇੱਥੇ ਹੀ ਰਹਿਣਾ। ਅੱਛਾ,
ਤੁਸੀਂ ਦੱਸੋ, ਇਹਨਾਂ ਦੇ ਸੁਸ਼ੀਲ ਰਿੰਕੂ ਜੀ ਇੱਥੇ ਐਮ ਪੀ ਬਣੇ, ਫਿਰ ਉਸ ਤੋਂ ਬਾਅਦ ਇਹਨਾਂ ਦੇ ਸ਼ੀਤਲ ਉਂਗਰਾਲ ਜੀ ਐੱਮ ਐੱਲ ਏ ਵੀ ਸੀਗੇ, ਇਹ ਸਰਕਾਰ ਪੰਜਾਬ ਦੇ ਵਿੱਚ ਵੀ ਸੀਗੀ ਇਹਨਾਂ ਦੀ, ਕੀ ਬਦਲਾਅ ਆਇਆ ਇੱਥੇ ਜਲੰਧਰ ਦੇ ਵਿੱਚ? ਐੱਮ ਐੱਲ ਏ ਵੀ ਆਪਣਾ, ਐੱਮ ਪੀ ਵੀ ਆਪਣਾ, ਹੁਣ ਨਵੀਂ ਖੇਡ ਕੀ ਖੇਡ ਕੇ ਦੱਸਣਗੇ ਕਿ ਹਾਂਜੀ ਹੁਣ ਵੱਖਰੇ ਹੋ ਕੇ ਦੱਸਤਾ? ਕਿਉਂਕਿ ਇਹਨਾਂ ਨੇ ਖੁਦ ਦਾ ਦਲ ਬਦਲੂ ਕਰਪਟਿਡ ਲੋਕਾਂ ਨੂੰ ਆਪਣੀ ਪਾਰਟੀ ਜੁਆਇਨ ਕਰਾ ਕੇ ਅਤੇ ਅੱਗੇ ਲਿਆਂਦਾ ਸੀਗਾ। ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਹਿ ਰਹੇ ਹਾਂ ਕਿ ਮਹਿਲਾਵਾਂ ਜਿਹੜੇ ਇਹਨਾਂ ਦੀ ਵਾਈਫ ਹੈਗੇ ਆ, ਅਸੀਂ ਤਾਂ ਹੁਣ ਜਿੱਤ ਕੇ ਦੱਸਾਂਗੇ, ਅਸੀਂ ਤਾਂ ਵੋਟਾਂ ਲਵਾਂਗੇ ਕਿ ਅਸੀਂ ਜਲੰਧਰ ਵੈਸਟ ਜਿਹੜਾ ਸਾਡਾ ਆਪਣਾ ਹਲਕਾ ਹੈਗਾ। ਪਹਿਲੇ ਗੱਲ ਤਾਂ ਇਹਨਾਂ ਨੂੰ ਸਵਾਲ ਇਹ ਪੁੱਛਣਾ ਚਾਹੀਦਾ ਕਿ ਮੈਡਮ ਤੁਸੀਂ ਹੁਣ ਅੱਜ ਇਹ ਗੱਲਾਂ ਕਰ ਰਹੇ ਹੋ ਕਿ ਸਾਡਾ ਐੱਮ ਪੀ ਸਾਡਾ ਸਰਕਾਰ, ਫਿਰ ਤਾਂ ਆਪਣੇ ਆਫਿਸਿਸ ਦੇ ਵਿੱਚ ਪਿੱਛੋਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਉਤਾਰ ਦੇਣ। ਕਿਉਂ? ਕਿਉਂਕਿ ਇਹ ਕਹਿੰਦੇ ਸੀਗੇ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਰਾਹ 'ਤੇ ਚੱਲਾਂਗੇ। ਇਹ ਕਿਉਂ ਕਹਿ ਰਹੇ ਨੇ ਕਿ ਸਾਡਾ ਐੱਮ ਐੱਲ ਏ ਅਤੇ ਸਾਡਾ ਐੱਮ ਪੀ ਫਿਰ ਕੰਮ ਹੋਣਗੇ? ਜੇ ਕੋਈ ਹੋਰ ਐੱਮ ਐੱਲ ਏ ਜਿੱਤਦਾ ਤਾਂ ਕਿਆ ਤੁਸੀਂ ਉਹਦਾ ਕੰਮ ਨਹੀਂ ਕਰਾਓਗੇ? ਸੰਵਿਧਾਨ ਦੇ ਅਕੋਰਡਿੰਗਲੀ ਐੱਮ ਐੱਲ ਏ ਲੋਕਾਂ ਨੇ ਜਿੱਤ ਕੇ ਉਹਨੂੰ ਅੱਗੇ ਬਣਾਇਆ, ਤੁਹਾਡਾ ਫਰਜ਼ ਬਣਦਾ ਉਹਨਾਂ ਦਾ ਕੰਮ ਕਰਨਾ। ਜੇ ਨਹੀਂ ਫਰਜ਼ ਬਣਦਾ, ਜੇ ਤੁਸੀਂ ਕਹੋਗੇ ਆਪ ਦਾ ਐੱਮ ਐੱਲ ਏ ਆਪ ਦੀ ਸਰਕਾਰ, ਇਹ ਸਲੋਗਨ ਨੂੰ ਖਤਮ ਕਰੋ, ਬਾਬਾ ਸਾਹਿਬ ਅੰਬੇਦਕਰ ਦੇ ਰਾਹ 'ਤੇ ਚਲੋ, ਉਹਨਾਂ ਦੇ ਸੰਵਿਧਾਨ 'ਤੇ ਚਲੋ। ਜੇ ਨਹੀਂ ਚੱਲਣਾ ਚਾਹੁੰਦੇ, ਜੇ ਤੁਸੀਂ ਅਦਰ ਐੱਮ ਐੱਲ ਏ ਦੇ ਕੰਮ ਨਹੀਂ ਕਰਾਉਣਾ ਚਾਹੁੰਦੇ, ਇਸ ਦਾ ਮਤਲਬ ਨਾ ਤੁਸੀਂ ਸਕੇ ਹੋ ਸਾਡੇ ਬਾਬਾ ਸਾਹਿਬ ਅੰਬੇਦਕਰ ਦੇ, ਨਾ ਤੁਸੀਂ ਭਗਤ ਸਿੰਘ ਦੇ ਸਕੇ ਹੋ। ਇਹ ਸਾਫ਼ ਤੌਰ 'ਤੇ ਜ਼ਾਹਿਰ ਹੋ ਰਿਹਾ ਕਿ ਝੂਠੇ ਝੂਠ ਬੋਲਣ ਵਾਲੇ ਅੱਜ ਲੋਕਾਂ ਦੇ ਵਿੱਚ, ਲੋਕਾਂ ਨੂੰ ਗੁੰਮਰਾਹ ਕਰਕੇ ਬੇਵਕੂਫ ਬਣਾ ਕੇ ਸਰਕਾਰ ਬਣਾਈ ਹੈ। ਇਹ ਆਪ ਹੀ ਦੱਸ ਰਹੇ ਨੇ ਆਪਣੇ ਮੂੰਹੋਂ ਕਿ ਆਪ ਦਾ ਸਰਕਾਰ, ਆਪ ਦਾ ਐੱਮ ਐੱਲ ਏ, ਮਤਲਬ ਕੋਈ ਹੋਰ ਐੱਮ ਐੱਲ ਏ ਬਣ ਗਿਆ ਤਾਂ ਫਿਰ ਕੰਮ ਨਹੀਂ ਹੋਊਗਾ। ਇਹ ਤਾਂ ਧੱਕੇਸ਼ਾਹੀ ਹੋ ਗਈ, ਗੁੰਡਾਗਰਦੀ ਕਹਾਂਗੀ ਮੈਂ ਤੈਨੂੰ ਕਿ ਤੁਸੀਂ ਗੁੰਡਾਗਰਦੀ ਕਰ ਰਹੇ ਹੋ। ਜੇ ਸੰਵਿਧਾਨ 'ਤੇ ਚੱਲਣਾ ਤਾਂ ਇੱਦਾਂ ਕਹੋ, ਕੋਈ ਵੀ ਐੱਮ ਐੱਲ ਏ ਬਣੇ, ਸਾਡਾ ਫਰਜ਼ ਹੈ ਕੰਮ ਕਰਨਾ। ਅੱਛਾ, ਇੱਕ ਚੀਜ਼ ਹੋਰ ਦੱਸੋ, ਜਦੋਂ ਐੱਮ ਪੀ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਆ ਉਹ ਚੋਣ ਕੰਪੇਨ ਕਰਦੇ ਫਿਰਦੇ, ਉਹਦੇ ਇੱਕ ਤੀਰ ਜਿਹਾ ਚਲਾਉਂਦੇ ਹੁੰਦੇ ਸੀ, ਪਰ ਹੁਣ ਮੈਂ ਹਾਲਾਂਕਿ ਉਹ ਤੀਰ ਚੱਲਦਾ ਜਿਹੜਾ ਨਹੀਂ ਦੇਖਿਆ, ਤੁਸੀਂ ਦੇਖਿਆ ਹੁਣ ਉਹ ਤੀਰ ਚੱਲਦਾ? ਨਹੀਂ, ਉਹ ਤੀਰ ਵਾਕਈ ਮੈਂ ਵੀ ਨਹੀਂ ਹੁਣ ਦੇਖਿਆ ਉਹ ਤੀਰ ਚੱਲਦਾ। ਲੱਗਦਾ ਉਹ ਤੀਰ ਟੁੱਟ ਗਿਆ, ਤੀਰ ਲਾਇਆ ਕਿਤੇ ਹੋਰ ਸੀ, ਨਿਸ਼ਾਨੇ 'ਤੇ ਕਿਤੇ ਹੋਰ ਵੱਜਿਆ ਜਾ ਕੇ, ਹੁਣ ਤਾਂ ਹੱਥ ਪੈਰ ਹੀ ਮਾਰਦੇ ਰਹਿ ਗਏ ਨੇ। ਦੇਖਣਗੇ ਹੁਣ ਕਿ ਜੇ ਤੀਰ ਚਲਾਤਾ ਤਾਂ ਕਿਤੇ ਪਹਿਲੇ ਵਾਲੇ ਹਾਲਾਤ ਨਾ ਦੁਬਾਰਾ ਪੈਦਾ ਹੋ ਜਾਣ। ਡਰੇ ਹੋਏ ਨੇ, ਸਹਿਮੇ ਹੋਏ ਨੇ, ਔਰ ਹਾਰ ਇਹਨਾਂ ਨੂੰ ਸਾਹਮਣੇ ਜਿੱਤ ਨਜ਼ਰ ਆ ਰਹੀ ਹੈ। ਸੋ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਜਿਹੜੇ ਨੇ ਉਹ ਆਪਣੀ ਕੁਰਸੀ ਬਚਾ ਲੈਣ, ਉਹੀ ਬੜੀ ਵੱਡੀ ਗੱਲ ਹੈ। ਕੁਰਸੀ 'ਤੇ ਕੌਣ ਕਾਬਜ਼ ਹੋ ਸਕਦਾ? ਦੇਖੋ, ਇਹ ਤਾਂ ਇਹੀ ਜਾਣਨਗੇ, ਦਿੱਲੀ ਵਾਲੇ ਬੈਠੇ ਨੇ ਕਬਜ਼ਾ ਕਰਨ ਵਾਸਤੇ, ਕੀ ਪਤਾ ਦਿੱਲੀ ਦੇ ਆ ਜਾਣ, ਜਾਂ ਤਾਂ ਸਰਕਾਰ ਟੁੱਟੇਗੀ ਇਹਨਾਂ ਦੀ। ਸੁਰਿੰਦਰ ਕੌਰ ਨੂੰ ਕਿਉਂ, ਸੁਰਿੰਦਰ ਕੌਰ ਹੀ ਕਿਉਂ, ਜਲੰਧਰ ਵੈਸਟ ਦੇ ਲਈ ਐਸਾ ਕੀ ਆ ਕਿ ਲੋਕ ਭਾਜਪਾ ਨੂੰ ਵੀ ਪਿੱਛੇ ਕਰ ਦੇਣ, ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਿੱਛੇ ਕਰ ਦੇਣ, ਲੋਕ ਜਿਹੜੇ ਹੈਗੇ ਆਮ ਆਦਮੀ ਪਾਰਟੀ ਨੂੰ ਪਿੱਛੇ ਕਰ ਦੇਣ, ਸਿਰਫ ਸੁਰਿੰਦਰ ਕੌਰ ਹੀ ਕਿਉਂ? ਦੇਖੋ, ਸੁਰਿੰਦਰ ਕੌਰ ਮੈਡਮ ਸਾਡੀ ਕਾਂਗਰਸ ਪਾਰਟੀ ਦੇ ਪਿਛਲੇ 25-30 ਸਾਲ ਤੋਂ ਸੇਵਾ ਕਰਦੇ ਆ ਰਹੇ ਨੇ। ਉਹਨਾਂ ਦੇ ਹਸਬੈਂਡ ਵੀ ਜਿਹੜੇ ਸੀਗੇ ਸਵਰਗਵਾਸੀ, ਉਹ ਵੀ ਕਾਂਗਰਸ ਪਾਰਟੀ ਦੇ ਵਿੱਚ ਕੌਂਸਲਰ ਰਹੇ ਨੇ, ਲਗਾਤਾਰ 4 ਵਾਰੀ ਕੌਂਸਲਰ ਬਣੇ ਨੇ। ਆਈ ਥਿੰਕ ਕੋਈ ਕੰਮ ਕਰਦਾ ਅਤੇ ਤਾਂ ਹੀ ਉਹ ਜਿੱਤਦਾ, ਇਸ ਲਈ ਉਹ ਲਗਾਤਾਰ ਜਿੱਤਦੇ ਰਹੇ। ਇਮਾਨਦਾਰ ਛਵੀ ਹੈ, ਕੋਈ ਉਹਨਾਂ 'ਤੇ ਕਰਪਸ਼ਨ ਦੇ ਕੇਸਿਸ ਨਹੀਂ ਹੈਗੇ, ਔਰ ਆਮ ਆਦਮੀ ਪਾਰਟੀ ਵਾਲੇ ਤਾਂ ਲੱਭਦੇ ਹੀ ਰਹਿ ਗਏ ਕਿ ਕੀ ਲੱਭੀਏ ਮੈਡਮ ਦਾ ਕਿ ਲੋਕਾਂ ਨੂੰ ਦੱਸ ਸਕੀਏ ਕਿ ਕਰਪਸ਼ਨ ਕੀਤੀ ਹੋਈ ਹੈ, ਔਰ ਆਪਣੇ ਸਾਹਮਣੇ ਨਹੀਂ ਜਾ ਰਹੇ, ਔਰ ਤੀਰ ਹਮੇਸ਼ਾ ਉਹਨਾਂ 'ਤੇ ਚਲਾ ਰਹੇ ਨੇ ਜਿਨ੍ਹਾਂ 'ਤੇ ਆਪ ਦਾਵ ਖੇਡਿਆ ਸੀਗਾ। ਸੋ ਮੇਰੇ ਖਿਆਲ ਦੇ ਵਿੱਚ ਬਹੁਤ ਹੀ ਸਾਫ਼ ਛਵੀ ਨੇ, ਸੁਲਝੇ ਹੋਏ ਲੀਡਰ ਨੇ, ਔਰ ਪਹਿਲੇ ਆਪਣੇ ਪਰਿਵਾਰ, ਜਦੋਂ ਉਹਨਾਂ ਦੇ ਹਸਬੈਂਡ ਐਕਸਪਾਇਰ ਹੋ ਗਏ ਸੀ, ਉਹਦੇ ਨਾਲ ਨਾਲ ਬੱਚੇ ਨੂੰ ਵੀ ਸੰਭਾਲਿਆ, ਪਰਿਵਾਰ ਵੀ ਸੰਭਾਲਿਆ, ਸਮਾਜ ਵੀ ਸੰਭਾਲਿਆ, ਬਹੁਤ ਵੱਡੀ ਗੱਲ ਹੈ ਵੂਮੈਨ ਦੇ ਲਈ। ਐਜ਼ ਕੰਪੇਅਰ ਟੂ ਮੈਨਸ, ਮੈਨੂੰ ਲੱਗਦਾ ਕਿ ਵੂਮੈਨਸ ਜਦੋਂ ਪੋਲੀਟੀਕਲ ਇਸ ਫੀਲਡ ਦੇ ਵਿੱਚ ਆ ਕੇ ਜਦੋਂ ਕੰਮ ਕਰਦੀਆਂ, ਉਹ ਆਪਣਾ 100% ਦਿੰਦੀ ਹੈ, ਚਾਹੇ ਕੋਈ ਵੀ ਸੈਗਮੈਂਟ ਹੋਵੇ,
ਬੱਚੇ ਸੰਭਾਲਣੇ, ਫੈਮਲੀ ਸੰਭਾਲਣੀ, ਫਿਰ ਸਮਾਜ ਸੰਭਾਲਣਾ, ਇਹ ਬਹੁਤ ਵੱਡੀ ਗੱਲ ਹੈ। ਔਰ ਕਾਂਗਰਸ ਪਾਰਟੀ ਤਾਂ ਹਮੇਸ਼ਾ ਹੀ ਚਾਹੁੰਦੀ ਹੈ ਕਿ ਆਪਣੀ ਹੀ ਪਾਰਟੀ ਦੇ ਵਿੱਚੋਂ ਕਿਸੇ ਨੂੰ ਟਿਕਟ ਨਿਵਾਜ ਕੇ ਦਿੱਤੀ ਜਾਵੇ, ਦਲ ਬਦਲੂਆਂ ਨੂੰ ਨਾ ਦਿੱਤੀ ਜਾਵੇ। ਔਰ ਜਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਕਹਿ ਚੁੱਕੀ ਹੈ ਕਿ ਅਗਰ ਸਾਡੀ ਪਾਰਟੀ ਦੇ ਵਿੱਚ ਕੋਈ ਗੱਦਾਰੀ ਕਰਦਾ ਤਾਂ ਅਸੀਂ ਉਹ ਮੁਅੱਤਲ ਵੀ ਕੀਤੇ ਜਾ ਰਹੇ ਨੇ, ਉਹਨਾਂ 'ਤੇ ਐਕਸ਼ਨ ਵੀ ਲਿਆ ਜਾ ਰਿਹਾ। ਲੇਕਿਨ ਇਮਾਨਦਾਰੀ ਨਾਲ ਚੱਲਣ ਵਾਲੇ ਉਹ ਸਾਡੀ ਪਾਰਟੀ ਦੀ ਜੋ ਨੀਤੀ ਹੈ, ਜੋ ਪਰਿਵਾਰ ਦੇ ਨਾਲ ਚੱਲਿਆ ਆ ਰਿਹਾ, ਇਮਾਨਦਾਰ ਵਿਅਕਤੀ ਉਸ ਪਾਰਟੀ ਨੂੰ ਇੱਕ ਆਮ ਜਿਹੇ ਛੋਟੇ ਜਿਹੇ ਵਰਕਰ ਨੂੰ ਟਿਕਟ ਨਾਲ ਨਿਵਾਜਿਆ, ਮੇਰੇ ਖਿਆਲ 'ਚ ਬਹੁਤ ਵੱਡੀ ਗੱਲ ਹੈ। ਸੋ ਇਹੀ ਸ਼ਾਇਦ ਮੇਨ ਰੀਜ਼ਨਸ ਨੇ ਪਾਰਟੀ ਨੂੰ ਟਿਕਟ ਦੇਣ ਦੇ, ਔਰ ਮੈਨੂੰ ਲੱਗਦਾ ਉਹ ਜਿੱਤ ਵੀ ਜ਼ਰੂਰ ਹਾਸਲ ਕਰਨਗੇ। ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲੇ ਹੋਏ ਸ਼ੀਤਲ ਅੰਗਰਾਲੀ ਅੱਜ ਪਰਿਵਾਰਵਾਦ ਦੇ ਅਤੇ ਕਰੋੜਾਂ ਦੇ ਇਲਜ਼ਾਮ, ਲੱਖਾਂ ਦੇ ਇਲਜ਼ਾਮ ਜਿਹੜੇ ਉਹਨਾਂ ਦੇ ਪਰਿਵਾਰ ਦੇ ਉੱਪਰ ਹੀ ਲਾ ਰਹੇ ਨੇ। ਅੱਜ ਕੁਰਸੀਆਂ ਦੀ ਖੇਡ ਵੀ ਖੇਡੀ ਗਈ, ਜਿਹੜੀ 1 ਨਵੰਬਰ ਨੂੰ ਕਿਤੇ ਭਗਵੰਤ ਸਿੰਘ ਮਾਨ ਨੇ ਵੀ ਖੇਡੀ ਸੀ ਅਤੇ ਕਿਹਾ ਸੀ ਆ ਕੁਰਸੀਆਂ ਖਾਲੀ ਨੇ, ਪਰ ਅੱਜ ਭਗਵੰਤ ਸਿੰਘ ਮਾਨ ਦੀ ਕੁਰਸੀ ਖੁਦ ਦੀ ਵੀ ਜਿਹੜੀ ਖਾਲੀ ਰਹਿ ਗਈ, ਇਸ ਚੀਜ਼ ਨੂੰ ਕਿਵੇਂ ਦੇਖਦੇ? ਬਿਲਕੁਲ, ਮੈਂ ਤਾਂ ਕਹਾਂਗੀ ਕਿ ਹਾਂ ਉਹ ਜਾਓ ਫੇਸ ਕਰੋ। ਪਹਿਲੇ ਤਾਂ ਆਪਣੇ ਹੀ MLA 'ਤੇ ਕਦੀ ਕਾਰਵਾਈਆਂ ਨਹੀਂ ਕੀਤੀਆਂ, ਪਹਿਲੇ ਕਟਾਰੂ ਚੱਕ ਜੀ ਦੇ ਇਲਜ਼ਾਮ ਲੱਗੇ, ਫਿਰ ਉਸ ਤੋਂ ਬਾਅਦ ਹੋਰ ਕਈ ਸੀਗੇ ਜਿਹੜੇ ਇਹਨਾਂ ਦੇ, ਸਿੰਗਲਾ ਸਾਹਿਬ ਉਹਨਾਂ 'ਤੇ ਇਲਜ਼ਾਮ ਲੱਗੇ, ਫਿਰ ਅਮਨ ਜੀ ਸੀਗੇ ਇਹਨਾਂ ਦੇ MLA, ਉਹਨਾਂ 'ਤੇ ਇਲਜ਼ਾਮ ਲੱਗੇ, ਪਰ ਇਹਨਾਂ ਨੇ ਕਿਸੇ 'ਤੇ ਕਾਰਵਾਈ ਕੋਈ ਨਹੀਂ ਕੀਤੀ। ਉਹਨਾਂ ਨੂੰ ਅੱਜ ਵੀ ਕੈਬਨਿਟ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਦੇ ਹੋਏ ਨਜ਼ਰ ਆਉਂਦੇ ਨੇ, ਔਰ ਈਵਨ ਹਰ ਵਾਰੀ ਇਹ ਕਹਿੰਦੇ ਨੇ ਕੱਟੜ ਇਮਾਨਦਾਰ ਸਰਕਾਰ, ਕੱਟੜ ਇਮਾਨਦਾਰ ਸਰਕਾਰ। ਕਿਹੜੀ ਕੱਟੜ ਇਮਾਨਦਾਰ ਸਰਕਾਰ? ਕਰਪਸ਼ਨ ਦੇ ਚਾਰਜ ਤੁਸੀਂ ਕਿਹਾ ਸੀ ਸਿੰਗਲਾ ਸਾਹਿਬ ਕੋਲ, ਮੇਰੇ ਕੋਲ ਪ੍ਰੂਫ ਪਏ ਨੇ। ਜੇ ਪ੍ਰੂਫ ਪਏ ਨੇ ਤਾਂ ਬਰਖਾਸਤ ਕਿਉਂ ਨਹੀਂ ਕੀਤਾ? ਅੱਜ ਵੀ ਤੁਹਾਡੀ ਕੈਬਨਿਟ 'ਚ ਬੈਠ ਰਹੇ ਨੇ, ਇਹਨਾਂ ਤੋਂ ਉਮੀਦ ਨਹੀਂ ਕਰ ਸਕਦੇ ਅਸੀਂ। ਔਰ ਆਪਣੀ ਪਾਰਟੀ ਦੇ ਵਿੱਚ ਜਦੋਂ ਸੀਗੇ ਉਦੋਂ ਸਭ ਕੁਝ ਵਧੀਆ ਸੀਗਾ, ਉਦੋਂ ਸ਼ਾਇਦ ਜਿਹੜੇ ਇਲਜ਼ਾਮ ਲਗਾਏ ਗਏ, ਪਹਿਲੇ ਤਾਂ ਸ਼ੀਤਲ ਅੰਗਰਾਲ ਜੀ ਨੂੰ ਪੁੱਛਣਾ ਬਣਦਾ, ਤੁਸੀਂ ਉਦੋਂ ਕਿਉਂ ਚੁੱਪੀ ਸਾਹਦੇ ਬੈਠੇ, ਤੁਸੀਂ ਕਿਉਂ ਨਹੀਂ ਬੋਲੇ ਜਦੋਂ ਤੁਸੀਂ ਉਹਨਾਂ ਦੀ ਆਮ ਆਦਮੀ ਪਾਰਟੀ ਸੀਗੀ? ਇਹਦਾ ਮਤਲਬ ਤੁਸੀਂ ਖੁਦ ਵੀ ਹਿੱਸਾ ਸੀਗੇ ਉਸ ਚੀਜ਼ ਦਾ, ਜਿਹੜੇ ਕਰਕੇ ਤੁਸੀਂ ਬੋਲੇ ਨਹੀਂ, ਜਿਹਦੇ ਕਰਕੇ ਤੁਹਾਡੇ ਤੱਕ ਮਹੀਨੇ ਨਹੀਂ ਪਹੁੰਚੇ। ਜੇ ਹੁਣ ਮਹੀਨੇ ਨਹੀਂ ਪਹੁੰਚੇ ਤਾਂ ਫਿਰ ਤੁਸੀਂ ਹੁਣ ਸਾਰਿਆਂ ਸਾਹਮਣੇ ਐਕਸਪੋਜ਼ ਕਰ ਰਹੇ ਹੋ ਕਿ ਹਾਂਜੀ ਅਸੀਂ, ਮੈਂ ਤਾਂ ਹੁਣ ਪਾਰਟੀ ਛੱਡ ਕੇ ਜਾ ਰਿਹਾ ਕਿਉਂਕਿ ਸਰਕਾਰ ਮੇਰੀ ਸੁਣ ਨਹੀਂ ਰਹੀ। ਮੈਂ ਤਾਂ ਕਹਿੰਦੀ ਕਿ ਐਸੇ ਲੋਕ ਜਿਹੜੇ ਕਿ ਸਿਰਫ ਪਰਸਨਲ ਸਵਾਰਥ ਲਈ ਇਲੈਕਸ਼ਨ ਲੜਨ ਲਈ ਆਉਂਦੇ ਨੇ, ਜੇ ਵਾਕਈ ਵਧੀਆ ਹੁੰਦੇ ਤਾਂ ਰਹਿੰਦੇ ਡਟ ਕੇ, ਜਿਹਨੇ ਲੋਕਾਂ ਨੇ ਵੋਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਸਰਕਾਰ 'ਚ ਰਹਿੰਦੇ। ਜੇ ਨਹੀਂ ਸਰਕਾਰ ਕੰਮ ਕਰ ਰਹੀ ਸੀ ਇਹਨਾਂ ਦੇ ਤਾਂ ਲਾਉਂਦੇ ਧਰਨਾ ਆਪਣੇ ਭਗਵੰਤ ਮਾਨ ਜੀ ਦੇ ਘਰ ਦੇ ਬਾਹਰ, ਔਰ ਕਹਿੰਦੇ ਕਿ ਮੇਰੇ ਹਲਕੇ 'ਚ ਇਹ ਕੁਛ ਹੋ ਰਿਹਾ, ਮੈਂ ਇਸ ਪਾਰਟੀ ਦੇ ਵਿੱਚ ਕੰਮ ਨਹੀਂ ਕਰ ਸਕਦਾ, ਤੁਹਾਨੂੰ ਮੈਨੂੰ ਫਤਵਾ ਦੇਣਾ ਪੈਣਾ, ਮੈਨੂੰ ਸਪੋਰਟ ਕਰਨੀ ਪੈਣੀ ਹੈ ਕਿਉਂਕਿ ਇਸ ਹਲਕੇ ਦੇ ਲੋਕਾਂ ਨੇ ਮੈਨੂੰ ਜਿਤਾਇਆ। ਲੇਕਿਨ ਅੱਜ ਸਰਕਾਰ ਪਾਰਟੀ ਛੱਡ ਕੇ ਅਸਤੀਫਾ ਦੇ ਕੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਂ BJP 'ਚ ਸ਼ਾਮਿਲ ਹੋ ਰਿਹਾ, ਇਹਦਾ ਕੀ ਮਤਲਬ ਹੈ? ਜਿਹੜਾ ਬੰਦਾ ਸਰਕਾਰ 'ਚ ਰਹਿ ਕੇ ਕੰਮ ਨਹੀਂ ਕਰ ਸਕਿਆ, ਓਪੋਜੀਸ਼ਨ 'ਚ ਰਹਿ ਕੇ ਕੀ ਕੰਮ ਕਰ ਰਿਹਾ? ਲੇਕਿਨ ਇਹਨਾਂ ਦੀ ਸਰਕਾਰ 'ਤੇ ਆਪ ਧਮਕੀਆਂ ਦੇ ਰਹੀ ਹੈ ਕਿ ਜਿਹੜਾ ਸਾਡੀ ਸਰਕਾਰ 'ਚ MLA ਬਣਿਆ ਉਹ ਕੰਮ ਤਾਂ ਉਹਦੇ ਹੋਣਗੇ, ਅਤੇ ਅਦਰ ਰਹਿ ਕੇ ਕਿਆ ਇਹਨਾਂ ਦੇ ਮੋਦੀ ਸਾਹਿਬ ਇੱਥੇ ਆ ਕੇ ਕੰਮ ਕਰਾ ਲੈਣਗੇ? ਜਿਹੜੇ ਆਪ ਅੱਜ ਵਿਚਾਰੇ ਜਿਹੜੇ ਹੈਗੇ ਸਰਕਾਰ ਬਣਾਈ ਬੈਠੀ ਬੜੀ ਔਖੀ, ਨਿਤਿਸ਼ ਨਾਇਡੂ ਡਿਪੈਂਡੈਂਟ ਅਲਾਇੰਸ ਬਣਾ ਕੇ ਬੈਠੇ ਨੇ, ਕਿਆ ਉਹਨਾਂ ਦੇ ਸਿਰ 'ਤੇ ਪੰਜਾਬ ਚਲਾ ਲੈਣਗੇ? ਇੱਥੇ ਤਾਂ ਖਤਮ ਹੋ ਗਈ ਭਾਜਪਾ ਪੂਰੀ ਪੰਜਾਬ ਦੇ ਵਿੱਚ, ਨਾ ਕੋਈ ਕੰਮ ਕਰ ਪਾ ਰਹੀ ਹੈ, ਨਾ ਕੋਈ ਆਪਣੀ ਪ੍ਰੋਗਰੈਸ ਦੇ ਪਾ ਰਹੀ ਹੈ, ਨਾ ਫਿਰ ਆਪਣੇ ਕੋਈ MLA ਜਿਤਾ ਪਾ ਰਹੀ, MP ਸੀਟ ਦਾ ਤਾਂ ਖਾਤਮਾ ਹੀ ਹੋ ਗਿਆ ਇਹਨਾਂ ਦਾ। ਸੋ ਮੈਂ ਇਸ ਪੁੱਛਦੀ ਹਾਂ ਕਿਸ ਬੇਸਿਸ 'ਤੇ ਕਹਿੰਦੇ ਨੇ, ਦਾਅਵੇ ਕਰਦੇ ਨੇ ਕਿ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਫਿਰ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ? ਨਾ ਝਾੜੂ ਨੇ ਕੁਛ ਕਰਨਾ, ਨਾ ਇਹਨਾਂ ਨੇ ਭਾਜਪਾ ਨੇ ਕੁਛ ਕਰਨਾ। ਕਾਂਗਰਸ ਪਾਰਟੀ ਐਜ਼ ਅ ਓਪੋਜੀਸ਼ਨ ਹੱਕ ਲੈਣੇ ਜਾਣਦੀ ਹੈ ਬਖੂਬੀ ਢੰਗ ਨਾਲ, ਕਿਉਂਕਿ ਐਕਸਪੀਰੀਅੰਸ ਬਹੁਤ ਵਧੀਆ। ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋ, ਇਹ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦੇ, ਭ੍ਰਿਸ਼ਟਾਚਾਰ ਮੁਕਤ ਪੰਜਾਬ? ਬਿਲਕੁਲ ਮੁਕਤ ਪੰਜਾਬ ਨਹੀਂ ਹੋਇਆ, ਭ੍ਰਿਸ਼ਟਾਚਾਰ ਈਵਨ ਦੁੱਗਣਾ ਹੋ ਗਿਆ ਇੱਥੇ ਪੰਜਾਬ ਦੇ ਵਿੱਚ। ਅੱਜ ਤੁਸੀਂ ਰਜਿਸਟਰੀਆਂ ਕਰਾਉਣ ਲਈ ਜਾਓ, ਮੇਰੇ ਸ਼ਹਿਰ ਆਓ, ਉੱਥੇ 10-10 ਹਜ਼ਾਰ ਰੁਪਇਆ ਪਰ ਮਰਲਾ ਲਿਆ ਜਾਂਦਾ। ਸਾਡੇ ਉੱਥੋਂ ਦੇ ਮੌਜੂਦਾ ਕੌਂਸਲਰ ਇਹ ਗੱਲਾਂ ਕਰਦੇ ਨੇ, ਇੱਥੇ ਵੀ ਉਹੀ ਕੰਮ ਚੱਲ ਰਿਹਾ। ਕੋਈ ਐਸਾ ਡਿਪਾਰਟਮੈਂਟ ਨਹੀਂ ਜਿਹੜਾ ਪੈਸੇ ਬਗੈਰ ਕੰਮ ਨਹੀਂ ਕਰਦਾ। ਔਰ ਤੁਹਾਨੂੰ ਪਤਾ ਇਹ ਗੱਲ ਹੀ ਕਿਉਂ? ਕਿਉਂਕਿ ਇਹ ਨੌਨ ਐਕਸਪੀਰੀਅੰਸ ਨੇ, MLA ਸਾਹਿਬ ਨੂੰ ਪਤਾ ਤਾਂ ਹੁੰਦਾ ਨਹੀਂ ਇਹ ਕੰਮ ਕਿੱਦਾਂ ਹੋਣੇ ਆ, ਕਿਉਂਕਿ ਇਹਨਾਂ ਦੇ MLA ਜਦੋਂ ਕਿਸੇ ਦਾ ਮੈਡੀਕਲ ਵੀ ਕਰਾਉਣਾ ਹੁੰਦਾ ਨਾ ਤਾਂ ਕਹਿੰਦੇ ਨੇ ਆਓ ਏ ਪੋਸਟਮਾਰਟਮ ਕਰੋ ਇਹਦਾ,
ਇੱਦਾਂ ਦੇ ਤਾਂ MLA ਭਰਤੀ ਕੀਤੇ ਨੇ ਇਹਨਾਂ ਨੇ, ਫਿਰ ਕਈ MLA ਇਹਨਾਂ ਦੇ ਆ ਕੇ ਕਹਿੰਦੇ ਨੇ ਕਿ ਗਾਊ ਮਾਤਾ ਨੂੰ ਰਾਸ਼ਟਰ ਪਕਸ਼ੀ ਦਾ ਨਾਮ ਦੇ ਦੇਣਾ ਚਾਹੀਦਾ। ਸੋ ਇੱਦਾਂ ਦੇ MLA ਜਿਹਨੂੰ ਪਤਾ ਹੀ ਨਹੀਂ ਪ੍ਰਸ਼ਾਸਨ ਕਿੱਦਾਂ ਚੱਲਣਾ, ਸਾਡਾ ਡਿਪਾਰਟਮੈਂਟ ਕਿਸ ਤਰ੍ਹਾਂ ਚੱਲਣਾ, ਕੀ ਅਸੀਂ ਇਹਨਾਂ ਨੂੰ ਜਿਹੜੇ ਹੈਗੇ ਆ ਐਕਸ਼ਨ ਕਰਨ ਵਾਸਤੇ ਅਸੀਂ ਇਹਨਾਂ ਨੂੰ ਕਹੀਏ ਅਤੇ ਉਹ ਇੰਪਲੀਮੈਂਟ ਕਰਨ। ਡਿਪਾਰਟਮੈਂਟ ਜਾਣਦਾ ਹੈ ਕਿ MLAs ਨੂੰ ਬੇਫੂਕ ਕਿੱਦਾਂ ਬਣਾਉਣਾ, ਕਿਉਂਕਿ ਉਹ ਐਕਸਪੀਰੀਅੰਸ ਨੇ, ਉਹਨੂੰ ਪਤਾ ਦਬਕਾ ਮਾਰਨਾ ਨਹੀਂ ਆ ਰਿਹਾ, ਕੰਮ ਕਰਾਉਣਾ ਨਹੀਂ ਆ ਰਿਹਾ। ਹਾਂ, ਇੰਨਾ ਜ਼ਰੂਰ ਪਤਾ ਕਿ ਮੈਨੂੰ ਮੇਰਾ SSP ਅਤੇ ਮੈਨੂੰ ਮੇਰਾ DC ਦੇ ਦਿਓ ਤਾਂ ਕਿ ਮੇਰੀ ਗੱਲ ਸੁਣੇ, ਆਪਣੇ ਕੰਮ ਨਹੀਂ ਕਰਵਾਉਣੇ ਆਉਂਦੇ। ਇਸੇ ਕਰਕੇ ਪ੍ਰਸ਼ਾਸਨ ਇਹਨਾਂ ਨੂੰ ਖੁਦ ਬੇਵਕੂ ਬਣਾ ਰਿਹਾ ਔਰ ਇਹਨਾਂ ਦਾ ਫਾਇਦਾ ਚੁੱਕ ਰਿਹਾ, ਉਹਨਾਂ 'ਤੇ ਲਗਾਮ ਨਹੀਂ ਲਗਾਈ ਜਾ ਰਹੀ। ਇਸ ਕਰਕੇ ਦੁਖੀ ਹੋ ਰਹੇ ਨੇ ਕਿ ਹਾਂਜੀ ਕਦੀ DGP ਦੇ ਬਿਆਨ ਆ ਜਾਂਦੇ ਨੇ, ਕਦੀ ਇੱਦਾਂ ਹੋਇਆ ਕਿ DGP ਦੇ ਪੰਜਾਬ ਦੇ ਮੁੱਖ ਮੰਤਰੀ ਦੇ ਕਦੀ ਬਿਆਨ ਨਾ ਰਲੇ ਹੋਣ। ਇੱਕ ਪਾਸੇ ਮੁੱਖ ਮੰਤਰੀ ਜੀ ਕਹਿੰਦੇ ਨੇ ਕਿ ਅਸੀਂ ਤਾਂ ਜਿਹੜੇ ਨਸ਼ਾ ਤਸਕਰ ਔਰ ਸਾਡੇ ਮੁਲਾਜ਼ਮ ਆਪਸ ਦੇ ਵਿੱਚ ਕੋਲੈਬਰੇਟ ਕਰਕੇ ਨਸ਼ਾ ਵੇਚ ਰਹੇ ਨੇ, ਅਸੀਂ ਉਹਨਾਂ ਦੀਆਂ ਤਬਦੀਲੀਆਂ ਕਰ ਦਿੱਤੀਆਂ। ਲੇਕਿਨ DGP ਕਹਿੰਦੇ ਅਸੀਂ ਤਾਂ ਉਹਨਾਂ ਦੀਆਂ ਤਬਦੀਲੀਆਂ ਕੀਤੀਆਂ ਹੀ ਨਹੀਂ ਹੈ, ਇਹ ਤਾਂ ਕੋਈ 2019 ਦਾ ਕੋਈ ਇੱਥੇ ਸਾਡਾ ਪ੍ਰੋਸੈਸ ਚੱਲ ਰਿਹਾ ਸੀ, ਅਸੀਂ ਤਾਂ ਉਹ ਕਰ ਰਹੇ ਹਾਂ। ਮਤਲਬ ਤੁਸੀਂ ਦੱਸੋ ਕਦੀ ਇੱਦਾਂ ਹੋਇਆ ਮੁੱਖ ਮੰਤਰੀ ਦੇ DGP ਦੇ ਬਿਆਨ ਹੀ ਬਦਲ ਜਾਣ? ਸੋ ਤੁਸੀਂ ਸਮਝੋ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੰਮ ਕਿਸ ਤਰ੍ਹਾਂ ਕਰਨਾ। ਨੌਨ ਐਕਸਪੀਰੀਅੰਸਡ ਜਦੋਂ ਸਰਕਾਰ ਬਣਦੀ ਹੈ, ਰਿਜ਼ਲਟ ਇਸੇ ਤਰ੍ਹਾਂ ਦੇ ਸਾਹਮਣੇ ਆਉਂਦੇ ਨੇ। ਟੀਨਾ ਜੀ, ਸਮਾਂ ਤਾਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਟੀਨਾ ਚੌਧਰੀ ਹੋਰੀ ਮੇਰੇ ਨਾਲ ਸੀ, ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ, ਤੁਹਾਡੀ ਟਿੱਪਣੀ ਬੜੀ ਅਹਿਮ। ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ, ਹੁਣ ਆਪਣੇ ਦੋਸਤ ਚਸ ਕਰੇ ਬੰਦੇ ਹੋ ਜਾ। ਧੰਨਵਾਦ।